ਜਾਣਕਾਰੀ ਚ ਵਾਧਾ ਕਰਿਓ ਮਾੜਾ ਜਿਹਾ ਵੀ ਉਹ ਗੱਦੀਆਂ ਵਾਲੇ ਟਰੈਕਟਰ ਟਰਾਲੀਆਂ ਤੇ ਉਹ ਜਿਹਦੇ ਵਿੱਚ ਸਾਰਾ ਪਰਿਵਾਰ ਇਕੱਠਾ ਇੱਕ ਮਤਲਬ ਜਿਹੜੇ ਕਿਸਾਨ ਹਿਤੈਸ਼ੀ ਆਪਣੇ ਆਪ ਨੂੰ ਦੱਸਦੇ ਸੀ ਉਹ ਵਾਲਾ ਟਰੈਕਟਰ ਟਰਾਲੀਆਂ ਉਹ ਕਿਤੇ ਹਾਲੇ ਤੱਕ ਵੀ ਪਹੁੰਚੇ ਨੀ ਧੁੰਦ ਚ ਇੰਨਾ ਗਵਾਚ ਗਏ ਨਾ ਤਾਂ ਉਹ ਲੱਭੇ ਆ ਜਿਹੜੇ ਕਿ ਗੱਦੀਆਂ ਜਿਹੜੀਆਂ ਉਹ ਸੋਫੇ ਵਾਲੀਆਂ ਬਣਾ ਕੇ ਚੱਲਦੇ ਸੀ ਨਾ ਹੀ ਉਹ ਲੱਭੇ ਆ ਉੱਥੇ ਜਿਹੜੇ ਕਿ ਚੰਡੀਗੜ੍ਹ ਨੂੰ ਜਾਂਦੇ ਸੀ ਰੈਲੀਆਂ ਕਰਨ ਦੇ ਲਈ ਤੇ ਉਹਨਾਂ ਨੂੰ ਲੱਭਣ ਦੀ ਜ਼ਰੂਰਤ ਵੀ ਕੋਈ ਨੀ ਇਸ ਅੰਦੋਲਨ ਦੀ ਹਰਮਨ ਜੀ ਖੂਬਸੂਰਤੀ ਇਸ ਗੱਲ ਦੇ ਵਿੱਚ ਹੈ ਵੀ ਉਹ ਹੈ ਨਹੀਂ ਗੇ ਜੇ ਉਹ ਹੁੰਦੇ ਇਹਨਾਂ ਨੇ ਹੁਣ ਤੱਕ ਕੜੀ ਘੋਲ ਦੇਣੀ ਸੀ ਇਹਨਾਂ ਨੇ ਇਸ ਅੰਦੋਲਨ ਨੂੰ ਆਪਣੇ ਹੱਕ ਦੇ ਵਿੱਚ ਕਰਨ ਦੇ ਲਈ ਤੇ 2022 ਦੀਆਂ ਇਸ ਵਕਤ ਤਰਕੀਬਾਂ ਸੋਚ ਸੋਚ ਕੇ ਤੇ ਅੰਦੋਲਨ ਨੂੰ ਮੋੜ ਹੀ ਹੋਰ ਦੇ ਦੇਣਾ ਸੀਗਾ ਮੈਨੂੰ ਇੱਕ ਸੱਜਣ ਨੇ ਫੋਨ ਕੀਤਾ ਮੈਨੂੰ ਕਹਿੰਦੇ ਵੀ ਹੁਣ ਤੱਕ ਉਹ ਟਰੈਕਟਰ ਕਿਉਂ ਨਹੀਂ ਲੱਭਦੇ ਜਿਹੜੇ ਕਦੇ ਬੱਧਣੀ ਕਲਾਂ ਨੂੰ ਜਾਂਦੇ ਸੀ ਤੇ ਕਦੇ ਚੰਡੀਗੜ੍ਹ ਨੂੰ ਜਾਂਦੇ ਸੀ ਕਦੇ ਸੰਗਰੂਰ ਨੂੰ ਮੈਂ ਕਿਹਾ ਜੀ ਧੁੰਦ ਬਹੁਤ ਆ ਸੰਘਣੀ ਆ ਉਹ ਗਵਾਚ ਗਏ ਅਸਲ ਦੇ ਵਿੱਚ ਉਹ ਕਿਸੇ ਹੋਰ ਪਾਸੇ ਨੂੰ ਮੋੜਾ ਕੱਟ ਗਏ ਤੇ ਤੁਹਾਨੂੰ ਤਾਂ ਇਸ ਵਕਤ ਦਾ ਧੰਨਵਾਦ ਕਰਨਾ ਚਾਹੀਦਾ ਵੀ ਉਹ ਹਾਲੇ ਮੁੜ ਕੇ ਨਹੀਂ ਆਏ ਬਿਲਕੁਲ ਜੇ ਉਹ ਮੁੜ ਕੇ ਆ ਜਾਣ ਤਾਂ ਜਿਹੜਾ ਇਸ ਵਕਤ ਜੋਸ਼ ਆ ਨਾ ਉਹਨਾਂ ਨੇ ਜੋਸ਼ ਨੂੰ ਪਸਤ ਕਰ ਦੇਣਾ ਬਿਲਕੁਲ ਉਹਨਾਂ ਨੇ ਪਤਾ ਨਹੀਂ ਇਸ ਮਾਹੌਲ ਦੇ ਵਿੱਚ ਕਿਹੋ ਜਿਹਾ ਰੰਗ ਚ ਭੰਗ ਪਾਉਣਾ ਨਾਲੇ ਜਿਹੜਾ ਏਕਾ ਲੋਕਾਂ ਦੇ ਵਿੱਚ ਉਹਨਾਂ ਨੇ ਥੋੜੀ ਰਹਿਣ ਦੇਣਾ ਉਹਨਾਂ ਨੇ ਤਾਂ ਉਹਨਾਂ ਦੇ ਹੱਥ ਦੇ ਵਿੱਚ ਝੰਡੀਆਂ ਫੜਾ ਦੇਣੀਆਂ ਨਾ ਫਲਾਣੀ ਪਾਰਟੀ ਦਾ ਤੇ ਫਲਾਣੀ ਪਾਰਟੀ ਦਾ ਉਹਨਾਂ ਨੇ ਲੋਕਾਂ 'ਚ ਵੰਡ ਪਾਉਣੀ ਹੈ ਸੋ ਨਾ ਹੀ ਆਉਣ ਨਾ ਹੀ ਪਹੁੰਚਣ ਇਹ ਜ਼ਿਆਦਾ ਚੰਗੀ ਗੱਲ ਹੈ ਪੰਜਾਬ ਦੇ ਨਾ 3-4 ਨੇਤਾ ਜਿਹੜੇ ਵੱਖ ਵੱਖ ਪਾਰਟੀਆਂ ਦੇ ਉਹ ਇਸ ਵਕਤ ਸਿੰਘੂ ਬਾਰਡਰ ਦੇ ਉੱਤੇ ਤੇ ਟਿੱਕਰੀ ਬਾਰਡਰ ਦੇ ਉੱਤੇ ਗਏ ਪਰ ਕਿਸਾਨਾਂ ਨੇ ਦਵੱਲੇ ਬਹੁਤ ਉੱਥੋਂ ਜਿੰਨੀਆਂ ਪੰਜਾਬ ਦੀਆਂ ਪਾਰਟੀਆਂ ਨਾ ਛੋਟੀਆਂ ਵੱਡੀਆਂ ਉਹਨਾਂ ਦੇ ਬਾਬਤ ਇਹ ਗੱਲ ਕਹੀ ਆ ਕਿਸਾਨਾਂ ਨੇ ਵੀ ਭਾਈ ਤੁਸੀਂ ਨਾ ਇੱਥੇ ਆਓ ਇਹ ਸਾਡਾ ਆਪਣਾ ਅੰਦੋਲਨ ਆ ਕਹਿੰਦੇ ਕਹਾਉਂਦੇ ਪੰਜਾਬ ਦੇ 3-4 ਨੇਤਾ ਉੱਥੇ ਗਏ ਕਹਿੰਦੇ ਵੀ ਅਸੀਂ ਵੀ ਤੁਹਾਡਾ ਸਮਰਥਨ ਕਰਨ ਦੇ ਲਈ ਆਏ ਆ ਕਿਸਾਨਾਂ ਨੇ ਮੂਹਰੇ ਲਾ ਲਏ ਕਿਸਾਨਾਂ ਨੇ ਭਜਾਏ ਉੱਥੋਂ ਸੜਕੋ ਸੜਕੀ ਭਜਾਏ ਕਹਿੰਦੇ ਵੀ ਤੁਸੀਂ ਚੱਲੋ ਜਿਹੜੇ ਪੈਰੀਂ ਆਏ ਆ ਵਾਪਸ ਮੁੜੋ ਕਿਉਂਕਿ ਤੁਹਾਡੇ ਤੋਂ ਬਿਨਾਂ ਸਾਡਾ ਸਰਿਆ ਤੁਸੀਂ ਸਾਰੇ ਓੜਮਾ ਕੋੜਮਾ ਸਾਂਝਾ ਹੀ ਆ ਤੁਸੀਂ ਇਸ ਪਾਰਟੀ ਵਾਲੇ ਇਹਦੇ ਨਾਲ ਰਲੇ ਵੀ ਆ ਇਧਰਲੇ ਇਧਰਲਿਆਂ ਦੇ ਘਰੇ ਵਿਆਹੇ ਹੋਏ ਆ ਇਹ ਨਾ ਤੁਹਾਡੀਆਂ ਜਿਹੜੀਆਂ ਆਪਸ ਦੀਆਂ ਪਰਿਵਾਰਕ ਸਾਂਝਾਂ ਉਹਨੂੰ ਅਸੀਂ ਚੰਗੀ ਤਰ੍ਹਾਂ ਸਮਝਦੇ ਹਾਂ ਇਸ ਕਰਕੇ ਤੁਹਾਡੀ ਲੋੜ ਕੋਈ ਨੀ ਗੀ ਤੁਸੀਂ ਚੱਲੋ